ਇਕੱਠੇ ਤਿੰਨ ਬੰਦੇ ਨੇ ਜਿਨ੍ਹਾਂ ਦੇ ਨਾਮ ਧਨੰਤਰ ਸਿੰਘ, ਪਰਮਿੰਦਰ ਸਿੰਘ ਅਤੇ ਰਣਜੀਤ ਸਿੰਘ ਹੈ। ਇਹ ਤਿੰਨੋਂ ਜਾਲੀ ਕਰੰਸੀ ਇਹਨਾਂ ਕੋਲ ਪੋਜੀਸ਼ਨ 'ਚ ਹੈਗੀ ਹੈ ਅਤੇ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ ਕਿਤੇ। ਅਤੇ ਟੋਟਲ ਜਿਹੜੀ ਰਿਕਵਰੀ ਇਹਦੇ 'ਚ ਹੋਈ ਹੈ 2,55,800 ਰੁਪਏ ਦੀ ਹੋਈ। ਅਤੇ ਇਹਦੇ ਨਾਲ ਜਿਹੜਾ ਉਹ ਪ੍ਰਿੰਟਰ ਸਕੈਨਰ ਯੂਜ਼ ਕਰਦੇ ਸੀ ਉਹ ਵੀ ਨਾਲ ਰਿਕਵਰ ਹੋਇਆ, ਅਤੇ ਜਿਹੜਾ ਕਟਰ ਉਹ ਯੂਜ਼ ਕਰਦੇ ਸੀ ਉਹ ਵੀ ਅਸੀਂ ਰਿਕਵਰ ਕੀਤਾ। ਇਨਫੋਰਮੇਸ਼ਨ ਦੇ ਬੇਸਿਸ ਤੇ ਪਰਚਾ ਦਰਜ ਕਰਕੇ ਇਹਨਾਂ ਨੇ ਇੱਕ ਬੰਦਾ ਫੜਿਆ, ਉਹਦੇ ਕੋਲੋਂ ਰਿਕਵਰੀ ਕੀਤੀ। 8,400 ਦੀ ਇਨੀਸ਼ੀਅਲ ਰਿਕਵਰੀ ਸੀ, ਉਸ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਸੀ ਉਹ ਵੀ ਫੜੇ ਗਏ। ਅਤੇ ਟੋਟਲ ਜਿਹੜੀ ਰਿਕਵਰੀ ਇਹਦੇ 'ਚ ਹੋਈ ਹੈ 2,55,800 ਰੁਪਏ ਦੀ ਹੋਈ ਹੈ। ਅਤੇ ਇਹਦੇ ਨਾਲ ਜਿਹੜਾ ਉਹ ਪ੍ਰਿੰਟਰ ਸਕੈਨਰ ਯੂਜ਼ ਕਰਦੇ ਸੀ ਉਹ ਵੀ ਨਾਲ ਰਿਕਵਰ ਹੋਇਆ, ਅਤੇ ਜਿਹੜਾ ਕਟਰ ਉਹ ਯੂਜ਼ ਕਰਦੇ ਸੀ ਉਹ ਵੀ ਅਸੀਂ ਰਿਕਵਰ ਕੀਤਾ। ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ, ਦੋ ਬੰਦਿਆਂ ਦੇ ਪਹਿਲਾਂ NDPS ਦੇ ਪਰਚੇ ਦਰਜ ਨੇ, ਅਤੇ ਇੱਕ ਬੰਦੇ ਦਾ ਕ੍ਰਿਮੀਨਲ ਰਿਕਾਰਡ ਕਲੀਨ ਹੈ। ਇਹ ਜਿਹੜੇ ਧਨੰਤਰ ਸਿੰਘ ਹੈ ਇਹਨਾਂ ਦਾ ਢਾਬਾ ਹੈ, ਢਾਬੇ ਦਾ ਕੰਮ ਕਰਦਾ ਹੈ। ਅਤੇ ਜਿਹੜਾ ਪਰਮਿੰਦਰ ਹੈ ਉਹ ਲੇਬਰ ਦਾ ਕੰਮ ਕਰਦਾ, ਅਤੇ ਰਣਜੀਤ ਜਿਹੜਾ ਉਹ ਪਲੰਬਰ ਦਾ ਕੰਮ ਕਰਦਾ। ਸੋ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨਾਂ ਨੂੰ ਉਸ ਤੋਂ ਬਾਅਦ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਊਗੀ। ਇੱਕ ਤਾਂ ਇਹਦਾ ਸੋਰਸ ਇਸਟੈਬਲਿਸ਼ ਕੀਤਾ ਜਾਊਗਾ ਕਿ ਕਿੱਥੋਂ ਇਹ ਕਰੰਸੀ ਲੈ ਕੇ ਆਏ ਸੀ ਅਤੇ ਕਿਵੇਂ ਇਹਨੂੰ ਯੂਜ਼ ਕਰਦੇ ਸੀ, ਅਤੇ ਕਿੱਥੇ ਕਿੱਥੇ ਇਹਨਾਂ ਨੇ ਯੂਜ਼ ਕੀਤੀ ਹੈ, ਅਤੇ ਕੋਈ ਇਲੀਗਲ ਇਹਦੇ ਨਾਲ ਪਰਚੇਸ ਤਾਂ ਨਹੀਂ ਕੀਤੀ ਗਈ ਇਸ ਪੈਸੇ ਨੂੰ। ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਹਜੇ ਇਨਵੈਸਟੀਗੇਸ਼ਨ ਕਰਾਂਗੇ, ਉਹਦੇ 'ਚ ਕਲੀਅਰ ਹੋਊਗਾ ਕਿ ਕਦੋਂ ਤੋਂ ਇਹ ਸ਼ੁਰੂ ਕੀਤਾ ਹੋਇਆ ਇਹਨਾਂ ਨੇ, ਅਤੇ ਕਿੰਨੀ ਦੇਰ ਹੋ ਗਈ ਇਸ ਕੰਮ ਨੂੰ ਕਰਦੇ, ਅਤੇ ਕਿੱਥੇ ਕਿੱਥੇ ਇਹਨਾਂ ਨੇ ਪੈਸੇ ਯੂਜ਼ ਕੀਤੇ। ਸਰ ਪ੍ਰਿੰਟਰ ਤੁਸੀਂ ਨਾਲ ਫੜਿਆ, ਇੱਕ ਪਾਸੇ ਤੁਸੀਂ ਬਾਹਰੋਂ ਆਈ ਹੈ, ਇੱਕ ਰੰਸ ਤੋਂ ਪਤਾ ਕਰੋਗੇ ਵੀ ਪ੍ਰਿੰਟਰ ਤੋਂ ਹੀ ਪ੍ਰਿੰਟ ਹੋਈ ਆ ਜਾਂ ਬਾਹਰੋਂ ਆਈ। ਪ੍ਰਿੰਟਰ ਨਾਲ ਤਾਂ ਉਹ ਰੀਪ੍ਰੋਡਿਊਸ ਕਰਦੇ ਸੀ ਜੀ, ਜਿਹੜੇ ਨੋਟ ਬਾਅਦ 'ਚ ਬਣਾਉਣੇ। ਸੋ ਇਨੀਸ਼ੀਅਲ ਟੈਂਪਲੇਟ ਉਹਨਾਂ ਕੋਲ ਕਿੱਥੋਂ ਆਇਆ ਜਿਹਦੇ ਨਾਲ ਉਹ ਬਣਾਉਂਦੇ ਸੀ ਉਹ ਪਤਾ ਕਰਨਾ। ਸਰ NDPS ਦੀ ਵੀ ਰਿਕਵਰੀ? ਹਾਂਜੀ, ਇੱਕ ਸਦਰ ਬੁਢਲਾਡਾ ਵਿੱਚ ਪਰਚਾ ਦਰਜ ਕੀਤਾ ਗਿਆ, 2,000 ਨਸ਼ੀਲੀਆਂ ਗੋਲੀਆਂ ਰਿਕਵਰ ਕੀਤੀਆਂ ਗਈਆਂ। ਉਹਦੇ 'ਚ ਤਿੰਨ ਬੰਦੇ ਨੇ, ਸੁਖਪਾਲ ਸਿੰਘ, ਤਰਸੇਮ ਸਿੰਘ ਅਤੇ ਮਨਜੋਤ ਸਿੰਘ। ਇਹਨਾਂ ਦੇ ਪੋਜੀਸ਼ਨ 'ਚੋਂ 2,000 ਨਸ਼ੀਲੀਆਂ ਗੋਲੀਆਂ ਰਿਕਵਰ ਹੋਈਆਂ। ਇਹਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਹ ਇਨੀਸ਼ੀਅਲ ਸਟੇਜ ਵਿੱਚ ਹੈ ਜੋ ਇਨਵੈਸਟੀਗੇਸ਼ਨ। ਇਹਨਾਂ 'ਤੇ ਕਿੰਨੇ ਪਰਚੇ ਦਰਜ ਨੇ, ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਕੀ ਹੈ, ਪਹਿਲਾਂ ਇਹਨਾਂ 'ਤੇ ਕਿੰਨੀ ਦੇਰ ਦਾ ਇਹ ਕੰਮ ਕਰਦੇ ਆ ਰਹੇ ਹੈ, ਕਿੱਥੋਂ ਇਹ ਲੈ ਕੇ ਆਏ ਨੇ, ਕਿਹਨੂੰ ਕਿਹਨੂੰ ਅੱਗੇ ਸਪਲਾਈ ਕਰਦੇ ਸੀ, ਉਹ ਸਾਰੀ ਚੇਨ ਇਸਟੈਬਲਿਸ਼ ਕਰਾਂਗੇ। ਫੋਰਵਰਡ ਅਤੇ ਬੈਕਵਰਡ ਲਿੰਕੇਜ ਇਹਦੇ ਦੇਖਾਂਗੇ ਕਿ ਕਿਹੜੇ ਕਿਹੜੇ ਬੰਦੇ ਨੇ ਇਨਵੋਲਵ ਆਪਣੀ ਸਟੇਟ ਦੇ ਜਾਂ ਸਟੇਟ ਤੋਂ ਬਾਹਰ ਜਿੱਥੋਂ ਆ ਰਿਹਾ, ਉਹਨਾਂ 'ਤੇ ਵੀ ਐਕਸ਼ਨ ਕਰਾਂਗੇ। ਸਰ 2 ਦਿਨ ਪਹਿਲਾਂ ਮਾਨਸਾ ਦੇ ਵਿੱਚ ਇੱਕ ਲੜਕੀ ਨਸ਼ੇ ਦੀ ਤੁਹਾਡੇ ਨਾਲ ਮਰਗੀ, ਅਤੇ ਉਸ 'ਤੇ ਕੀ ਕਹੋਗੇ ਕੀ ਹੋਇਆ? ਜਿਹੜੇ ਵੀ ਇਹੋ ਜਿਹੇ ਕੇਸ ਨੇ ਜਿਨ੍ਹਾਂ 'ਚ ਡਰੱਗ ਓਵਰਡੋਜ਼ ਕਰਕੇ ਜਾਂ ਸਸਪੈਕਟਡ ਡਰੱਗ ਓਵਰਡੋਜ਼ ਕਰਕੇ ਡੈਥ ਹੈ, ਉਹਦੇ 'ਚ ਬੜੀਆਂ ਕਲੀਅਰ ਇੰਸਟਰਕਸ਼ਨ ਨੇ ਕਿ 304 ਦਾ ਪਰਚਾ ਦਰਜ ਹੋਣਾ, ਕਿ ਜਿੱਥੋਂ ਉਹਨੂੰ ਸੋਰਸ ਆਫ ਡਰੱਗ ਸੀਗਾ ਉਹਨੂੰ ਇਸਟੈਬਲਿਸ਼ ਕਰਨ ਤੋਂ ਬਾਅਦ ਉਸ ਬੰਦੇ 'ਤੇ ਵੀ ਕਾਰਵਾਈ ਹੋਊਗੀ, ਜਿਹੜਾ ਉਹਨੂੰ ਨਸ਼ੇ ਵੱਲ ਲੈ ਕੇ ਗਿਆ ਉਸ 'ਤੇ ਵੀ ਕਾਰਵਾਈ ਹੋਊਗੀ। ਪੰਜਾਬ ਸਰਕਾਰ ਦੀਆਂ DGP ਸਾਹਿਬ ਦੀਆਂ ਬਹੁਤ ਸਟ੍ਰਿਕਟ ਇਹਦੇ 'ਚ ਇੰਸਟਰਕਸ਼ਨਸ ਨੇ, ਅਤੇ ਉਹਨਾਂ ਦੀ ਇਨ ਵਿਨ ਅਸੀਂ ਫੋਲੋ ਕਰ ਰਹੇ ਹਾਂ। ਸਰ ਹੁਣ ਤੱਕ ਕੋਈ ਉਹਨਾਂ ਦੀ ਰਿਕਵਰੀ ਹੋਈ ਹੈ? ਨਹੀਂ, ਹਜੇ ਤੱਕ ਉਹਦੇ 'ਚ ਕੋਈ ਰਿਕਵਰੀ ਨਹੀਂ ਹੈ, ਉਹਦੀ ਤਫਤੀਸ਼ ਅਸੀਂ ਕਰ ਰਹੇ ਹਾਂ। ਤਫਤੀਸ਼ ਤੋਂ ਬਾਅਦ ਜਲਦੀ ਹੀ ਉਹਦੇ 'ਚ ਰਿਕਵਰੀ ਕਰਕੇ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ। ਸਰ ਜਿਹੜਾ ਡਰੱਗ ਗੋਲੀਆਂ ਖਰੀਦੀਆਂ ਸੀ ਉਹ ਵਹਾਓ 'ਤੇ ਵੀ ਕੋਈ? ਬਿਲਕੁਲ ਜੀ, ਜਿਵੇਂ ਮੈਂ ਕਿਹਾ ਕਿ ਫੋਰਵਰਡ ਅਤੇ ਬੈਕਵਰਡ ਲਿੰਕੇਜ ਦੋਨੋਂ ਹੋਣਗੇ, ਜਿੱਥੋਂ ਸਮਾਨ ਆਇਆ ਅਤੇ ਜਿੱਥੇ ਅੱਗੇ ਸਪਲਾਈ ਹੋਣਾ, ਉਹ ਦੋਨੋਂ ਪਾਸੇ ਕਾਰਵਾਈ ਹੋਊਗੀ। ਠੀਕ ਹੈ ਸਰ।